ਆ ਦੇਖੋ ਜੀ ਚੱਲੀਏ ਵੀਰੇ ਚਲੋ ਜੀ ਤੂੰ ਵੀ ਨਾ ਬੋਲੀ ਓਏ ਤੇਰੀ ਆਵਾਜ਼ ਨੂੰ ਖਾਣ ਪੀਣ ਚੱਲਦੇ ਆ ਚਲੋ ਜਿਆਦਾ ਭੁੱਖ ਲੱਗੀ ਹੋਈ ਉਹ ਪੈਸੇ ਜਿਆਦਾ ਲੱਗ ਗਏ ਰਾਤ ਨੂੰ ਵੀ ਵਲੌਗ ਬਣਾ ਕੇ ਦਿਖਾ ਦਾਂਗੇ ਕਿਸ ਦਿਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਡੇ ਯੂਟਿਊਬ ਚੈਨਲ ਦੇ ਵਿੱਚ ਅੱਜ ਆਪਾਂ ਚੱਲੇ ਹਾਂ ਕਿੰਗਸਟਨ ਦੇ ਮਸ਼ਹੂਰ ਕਾਲਜ ਸੈਂਟ ਲਾਰੈਂਸ ਕਾਲਜ ਤੇ ਅਸੀਂ ਤੁਹਾਨੂੰ ਅੱਜ ਸਾਡਾ ਕਾਲਜ ਦਿਖਾਵਾਂਗੇ ਤੇ ਸਾਡਾ ਸ਼ਹਿਰ ਵੀ ਦਿਖਾਵਾਂਗੇ ਤੁਹਾਨੂੰ ਰਿਵਿਊ ਵੀ ਦੇਵਾਂਗੇ ਕਾਲਜ ਦਾ ਕਿ ਕਿਵੇਂ ਆ ਕੀ ਚੀਜ਼ਾਂ ਨੇ ਸ਼ਹਿਰ ਵਿੱਚ ਵੀ ਚਲੋ ਜੀ ਸ਼ੁਰੂ ਕਰਦੇ ਹਾਂ ਲੋ ਜੀ ਆਪਣਾ ਸਫ਼ਰ ਹੋ ਚੁੱਕਿਆ ਸ਼ੁਰੂ ਆਪਾਂ ਚੱਲੇ ਕਾਲਜ ਨੂੰ ਤੇ ਦਿਖਾਈਏ ਤੁਹਾਨੂੰ ਸਾਡਾ ਕਾਲਜ ਹੋਪ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੂਗਾ ਤੇ ਤੁਸੀਂ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਜ਼ਰੂਰ ਕਰਿਓ ਲਓ ਜੀ ਆਹ ਕਰਦੇ ਆਪਾਂ ਆਪਣੀ ਗੱਡੀ ਪਾਰਕ ਤੇ ਆ ਉਹਦੇ ਬਾਈਕ 'ਚ ਚੱਲਦਾ ਪਿਆ ਉਹਦੀ ਵੀ ਤੁਹਾਨੂੰ ਝਲਕ ਦਿਖਾ ਦਿੱਤੀ ਜਾਵੇ ਪਤਾ ਨਹੀਂ ਗੋਰੇ ਕਰਦੇ ਕੀ ਰਹਿੰਦੇ ਆ ਇਹਨਾਂ ਨੂੰ ਚੌ ਬੜੇ ਚੜੇ ਰਹਿੰਦੇ ਆ ਪਤਾ ਨਹੀਂ ਆ ਕੀ ਕਰਨ ਲੱਗੇ ਉਹਨੇ ਛੱਡ ਯਾਰ ਆਹ ਚੀਜ਼ਾਂ ਨੂੰ ਆਪਾਂ ਚੱਲੀਏ ਆਪਣੇ ਕਾਲਜ ਤੇ ਦਿਖਾਈਏ ਸਭ ਨੂੰ ਆਪਣਾ ਕਾਲਜ ਆ ਰਹੀ ਜੀ ਆਪਣੇ ਕਾਲਜ ਦੀ ਬਿਲਡਿੰਗ ਜ਼ੂਮ ਕਰਕੇ ਦਿਖਾ ਯਾਰ ਨਾਮ ਤਾਂ ਆਵੇ ਆਹ ਦੇਖੋ ਜੀ ਸੇਂਟ ਲਾਰੈਂਸ ਕਾਲਜ ਗਾਇਜ਼ ਆਪਾਂ ਪਹੁੰਚ ਚੁੱਕੇ ਕਾਲਜ ਦੀ ਐਂਟਰੈਂਸ ਤੇ ਹੁਣ ਤੁਹਾਨੂੰ ਚੱਲਦੇ ਅੰਦਰ ਲੈ ਕੇ ਤੇ ਦੇਖਦੇ ਆ ਕਾਲਜ ਦੇ ਨਜ਼ਾਰੇ ਚੱਲੀਏ ਵੀਰੇ ਚਲੋ ਜੀ ਐਂਟਰ ਕਰ ਚੁੱਕੇ ਹਾਂ ਜੀ ਤੇ ਹੁਣ ਆਪਾਂ ਕਾਲਜ 'ਚ ਐਂਟਰ ਕਰਦੇ ਸਰ ਲੈਫਟ ਸਾਈਡ ਹੈਗਾ ਆਪਣੇ ਡੇਵਿਸ ਹਾਲ ਤੇ ਤੁਹਾਨੂੰ ਡੇਵਿਸ ਹਾਲ ਦਿਖਾਉਂਦੇ ਅੰਦਰੋਂ ਕਿਵੇਂ ਦਾ ਆਇਓ ਚੱਲੀਏ ਚਲੋ ਨਹੀਂ ਆ ਦੇਖੋ ਜੀ ਅੰਦਰ ਬੱਚੇ ਅਸਾਈਨਮੈਂਟ ਕਰਦੇ ਆ ਲੈਪਟਾਪ ਕੰਪਿਊਟਰ ਐਵਰੀਥਿੰਗ ਲੱਗੀ ਹੋਈ ਤੇ ਇੱਥੇ ਆਪਾਂ ਜ਼ਿਆਦਾ ਉੱਚੀ ਬੋਲ ਨਹੀਂ ਸਕਦੇ ਕਿਉਂਕਿ ਸਾਰੇ ਜਣੇ ਪੜ੍ਹ ਰਹੇ ਆ ਤੂੰ ਵੀ ਨਾ ਬੋਲੀ ਹੋਏ ਆ ਰਿਹਾ ਡੇਵਿਸ ਹਾਲ ਡੇਵਿਸ ਹਾਲ ਤੋਂ ਐਂਟਰ ਹੋਣ ਤੋਂ ਬਾਅਦ ਆਪਾਂ ਦੇਖਦੇ ਰਹੇ ਲਾਇਬ੍ਰੇਰੀ ਲਾਇਬ੍ਰੇਰੀ ਦੇ ਬਿਲਕੁਲ ਸਾਹਮਣੇ ਹੈ ਆਪਣਾ ਆਈ ਟੀ ਸਰਵਿਸ ਡੈਸਕ ਠੀਕ ਹੈ ਆ ਹੁਣ ਆਪਣੇ ਆਪਾਂ ਬਾਈ ਨੂੰ ਪੁੱਛਦੇ ਹਾਂ ਉਰੇ ਆਪਾਂ ਨੂੰ ਕੀ ਮਿਲਦਾ ਆਈ ਟੀ ਸਰਵਿਸ ਡੈਸਕ ਇੱਧਰ ਦਿਖਾ ਦੇ ਇੱਧਰ ਆਪਣੇ ਸਟੂਡੈਂਟ ਸਰਵਿਸ ਡੈਸਕ ਆ ਜਿੱਥੇ ਤੁਸੀਂ ਆਉਂਗੇ ਨਵੇਂ ਕਿ ਤੁਹਾਨੂੰ ਸਟੂਡੈਂਟ ਕਾਰਡ ਮਿਲੂਗਾ ਜਿਸ ਕਰਕੇ ਤੁਸੀਂ ਬੱਸਾਂ 'ਚ ਵੀ ਟਰੈਵਲ ਕਰ ਸਕਦੇ ਹੋ ਐਂਡ ਦੇ ਆਲਸੋ ਹੈਲਪ ਯੂ ਵਿਦ ਦਾ ਰੈਜ਼ਮੇਸ ਤੁਸੀਂ ਆਪਣੇ ਰੈਜ਼ਮੇ ਵੀ ਬਣਵਾ ਸਕਦੇ ਹੋ ਇੱਥੇ ਜਦ ਆਉਂਗੇ ਇੱਥੇ ਇੱਕ ਹੋਰ ਆਪਾਂ ਨੂੰ ਫੈਸਿਲਿਟੀ ਨਾਲ ਨਾਲ ਮਿਲਦੀ ਹੈ ਨਾ ਤੇ ਜਿਹੜਾ ਆਪਣਾ ਸਟੂਡੈਂਟ ਆਈ ਡੀ ਕਾਰਡ ਹੁੰਦਾ ਆਪਾਂ ਉਹਦੇ ਨਾਲ ਉਹਨੂੰ ਪ੍ਰਿੰਟ ਕਰਾ ਸਕਦੇ ਆਪਣਾ ਸਮਾਨ ਅਤੇ ਲੋਕਾਂ ਨੂੰ ਦਿੱਕਤ ਆਉਂਦੀ ਹੈ ਵੀ ਬਾਹਰੋਂ ਕਿੱਥੋਂ ਪ੍ਰਿੰਟ ਕਰਾਉਣੇ ਨੇ ਆਪਾਂ ਰਿਜ਼ਿਊਮ ਵਗੈਰਾ ਉਰੋਂ ਆਓ ਉਰੇ ਇਹਨਾਂ ਨਾਲ ਗੱਲ ਕਰੋ ਆਪਣੇ ਆਈ ਡੀ ਕਾਰਡ ਤੋਂ ਆਪਾਂ ਨੂੰ ਰਿਜ਼ਿਊਮ ਪ੍ਰਿੰਟ ਕਰਕੇ ਦੇਣਗੇ ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਕਾਲਜ ਦੇ ਕੈਫੇਟੇਰੀਆ ਵੱਲ ਖਾਣ ਪੀਣ ਚੱਲਦੇ ਹਾਂ ਚਲੋ ਜ਼ਿਆਦਾ ਭੁੱਖ ਲੱਗੀ ਹੈ ਇਹਨੂੰ ਅਤੇ ਆਪਾਂ ਕੈਫੇਟੇਰੀਆ ਵੱਲ ਚੱਲਦੇ ਹਾਂ ਅਤੇ ਦੇਖਦੇ ਹਾਂ ਕੁਛ ਖਾਣ ਪੀਣ ਦਾ
ਅਧਿਮੇਂਦਰ ਆਈਟੀ ਸਰਵਿਸ ਡੈਸਕ ਹੈ। ਬੱਚੇ ਨੂੰ ਕੋਰਸ ਔਖਾ ਮਿਲ ਜਾਂਦਾ ਉਰੇ ਆ ਕੇ, ਜੇ ਆਪਾਂ ਉਰੇ ਕੋਰਸ ਚੇਂਜ ਕਰਾਉਣ ਸਿਰਫ ਆਪਾਂ ਉਰੇ ਆਉਣਾ ਅਤੇ ਇਹਨਾਂ ਨਾਲ ਗੱਲ ਕਰਨੀ, ਸਾਨੂੰ ਕੋਰਸ ਔਖਾ ਲੱਗਦਾ, ਇਹ ਆਪਾਂ ਨੂੰ ਆਪਣੀ ਹੈਲਪ ਕਰਨਗੇ ਕੋਰਸ ਚੇਂਜ ਕਰਾਉਣ ਦੇ ਵਿੱਚ। ਅਤੇ ਆਹ ਸਾਹਮਣੇ ਆ ਰਿਹਾ ਜਿੱਥੋਂ ਕੱਪੜੇ ਮਿਲਣਗੇ ਆਪਣੇ ਕਾਲਜ ਦੇ, ਕਾਲਜ ਦੀ ਸ਼ੋਪ, ਇੱਥੇ ਧਿਆਨ ਨਾਲ ਜਾਇਓ, ਇੱਥੇ ਚੀਜ਼ਾਂ ਮਹਿੰਗੀਆਂ ਨੇ, ਠੀਕ ਆ, ਬਾਅਦ 'ਚ ਲੈ ਗਏ ਉਹ ਪੈਸੇ ਜ਼ਿਆਦਾ ਲੱਗ ਗਏ। ਚਲੋ ਜੀ, ਆਹ ਵੀ ਇੱਕ ਸਟੱਡੀ ਰੂਮ ਆ ਉਰੇ, ਕਲਾਸ ਲੱਗਦੀ, ਕਈ ਬੱਚੇ ਨੇ ਕਈ ਆਪਣਾ ਬਹਿ ਕੇ ਪੜ੍ਹ ਲੈਂਦੇ ਨੇ। ਹਰੇਕ ਜਗ੍ਹਾ ਐਵੇਂ ਬੈਂਚ ਬੁੰਚ ਲੱਗੇ ਹੋਏ ਆ, ਅਤੇ ਤੁਸੀਂ ਆਰਾਮ ਨਾਲ ਜਿੱਥੇ ਵੀ ਤੁਹਾਡਾ ਦਿਲ ਕਰਦਾ ਉੱਥੇ ਆ ਕੇ ਪੜ੍ਹੋ ਅਤੇ ਆਪਣਾ ਟਾਈਮ ਸਪੈਂਡ ਕਰੋ। ਅੱਜ ਸਾਡੇ ਤਿੰਨਾਂ ਲਈ ਪਹਿਲੀ ਵਾਰ ਹੈ ਕਾਲਜ ਸਾਨੂੰ ਖਾਲੀ ਦਿਖ ਰਿਹਾ, ਨਹੀਂ ਉਰੇ ਹਰ ਵਕਤ ਬੱਚੇ ਹੀ ਬੱਚੇ ਹੁੰਦੇ ਨੇ। ਹੁਣ ਤੁਹਾਨੂੰ ਦਿਖਾਉਂਦੇ ਸਾਡਾ ਕੈਫੇਟੇਰੀਆ ਜਿਹੜਾ ਕਿ ਭਰਿਆ ਹੁੰਦਾ 2400 ਘੰਟੇ, ਪਰ ਅੱਜ ਖਾਲੀ ਆ ਬਿਕੋਜ਼ ਸੈਚਰਡੇ ਆ। ਉਰੇ ਗੋਰੇ ਕਾਲੇ ਸਭ ਬੈਠੇ ਹੁੰਦੇ ਨੇ, ਆਪਣੀ ਜਨਤਾ ਬਹੁਤ ਨਜਾਇਜ਼ ਆ ਗਈ ਹੁਣ ਉਰੇ। ਅਤੇ ਆਪਣੇ ਸੱਜੇ ਪਾਸੇ ਹੈਗਾ ਕੈਨੇਡਾ ਦਾ ਫੇਵਰੇਟ ਟਿਮ ਹੌਟਨ, ਅਤੇ ਇਹਨਾਂ ਦੀ ਚਾਹ ਇੰਨੀ ਸਵਾਦ ਹੁੰਦੀ ਆ ਕਹਿ ਦਿੰਦੇ ਆ ਕਿਉਂਕਿ ਸਾਹਮਣੇ ਖੜੇ ਆ। ਲੋ ਜੀ, ਖਾ ਪੀ ਕੇ ਹੋ ਚੁੱਕੇ ਆਪਾਂ ਡਨ, ਅਤੇ ਹੁਣ ਕਿੱਧਰ ਚੱਲੇ ਆਪਾਂ? ਬਾਸਕਟਬਾਲ ਕੋਰਟ ਕਰਨੀ ਚੱਲਦੇ ਹਾਂ, ਜਿਮ ਤਾਂ ਹਾਲੇ ਲੈ ਕੇ ਗਏ। ਹਾਂਜੀ ਹਾਂ, ਜਿਮ ਅਤੇ ਬਾਸਕਟਬਾਲ ਕੋਰਟ ਕਰਨੀ ਚੱਲਦੇ ਆਪਾਂ, ਅਤੇ ਚੱਲੇ ਆਪਾਂ ਬਾਸਕਟਬਾਲ ਕੋਰਟ ਅਤੇ ਜਿਮ ਕਰਨੀ। ਆ ਕੋਈ ਪ੍ਰਾਈਵੇਟ ਇਵੈਂਟ ਚੱਲਦਾ ਪਿਆ, ਅਟੈਂਡਿਜ ਓਨਲੀ ਅਟੈਂਡ, ਦੇਖਦੇ ਹਾਂ ਜੀ ਸਾਨੂੰ ਅੰਦਰ ਜਾਣ ਦੇਣਗੇ ਕਿ ਨਹੀਂ। ਲੀਡਰ ਕੀ ਲੱਗਦਾ, ਅੰਦਰ ਜਾਣ ਦੇਣਗੇ ਅੱਜ? ਆ ਦੇਖੋ ਇਵੈਂਟ ਚੱਲ ਰਿਹਾ, ਇਵੈਂਟ ਚੱਲ ਰਿਹਾ ਕੋਈ ਪ੍ਰਾਈਵੇਟ, ਤੁਹਾਨੂੰ ਦਿਖਾਉਂਦੇ ਹਾਂ ਸਾਰੀ ਝਲਕ। ਲਿਟਲ ਬਾਸਕਟਬਾਲ ਕੋਰਟ ਦਾ ਬਣਾ ਚੱਲ ਰਹੀ ਹੈ ਯਾਰ। ਚੱਲਦੇ ਹਾਂ ਹੁਣ ਆਪਾਂ ਜਿਮ ਵੱਲ ਨੂੰ, ਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਜਿਮ ਕਿਵੇਂ ਆ ਇੱਥੇ ਦਾ ਆਪਣਾ। ਯਾਰ ਵੈਸੇ ਤਾਂ ਉਹ ਫੋਟੋਗ੍ਰਾਫੀ ਲਾਉਣ ਨਹੀਂ ਸੀ, ਪਰ ਅਸੀਂ ਛੋਟੇ ਕਰਕੇ ਸਪੈਸ਼ਲ ਕਰਕੇ ਦਿਖਾ ਤੀ ਕਿ ਤੁਸੀਂ ਵੀ ਦੇਖੋ ਸਾਡੇ ਉਹਦੇ ਇਵੈਂਟ ਕਿਹੋ ਜਿਹੇ ਹੁੰਦੇ ਨੇ। ਹਾਂਜੀ, ਜਿਮ ਵੱਲ ਚੱਲੀਏ, ਤੁਹਾਨੂੰ ਜਿਮ ਚੱਲੀ ਅੰਕਦ। ਚਲੋ ਚਲੋ, ਲੱਗ ਨਹੀਂ ਰਿਹਾ ਤੇਰਾ ਜੀ, ਹੈ ਜਿਮ ਨਹੀਂ ਜਾਣਾ? ਜੀ ਤਾਂ ਹੁਣ ਪਿੱਛੇ ਲੱਗ ਗਿਆ ਸੀ ਨਾ ਮੇਰੇ ਵੀ, ਇਹ ਤੁਹਾਨੂੰ ਗੱਲ ਫੇਰ ਕਦੇ ਦੱਸਾਂਗੇ। ਤੇ ਆਪਣੀ ਜਿਮ ਦੀ ਐਂਟਰੈਂਸ ਤੇ ਖੜੇ ਆ, ਤੇ ਇੱਥੇ ਕਾਰ ਲੱਗਣਾ ਆ। ਚਲੋ ਯਾਰ ਚੱਲੀ ਆਪਾਂ, ਬਸ ਬਾਕੀ ਕਾਲਜ ਦਿਖਾਈ ਤੁਹਾਨੂੰ, ਫਿਰ ਆਪਾਂ ਦੇਖੋ ਉਧਰੋਂ ਗਏ ਸੀ, ਫਿਰ ਆਪਾਂ ਕੈਫੇਟੇਰੀਆ ਚ ਆ ਚੁੱਕੇ ਦਿਖਾਉਂਦੇ ਆ। ਆ ਲੈਫਟ 'ਤੇ ਦੇਖੋ ਸਾਹਮਣੇ ਥੋੜ੍ਹੇ ਪਿਟਾ ਪਿਟ ਆ, ਇੱਥੇ ਵੀ ਤੁਸੀਂ ਬਰਗਰ ਬੁਰਗਰ ਜਾਂ ਆਪਣੇ ਰੈਪਸ ਖਾ ਸਕਦੇ ਹੋ ਜਿਹੜੇ ਉਹ ਹੁੰਦੇ ਆ ਫੂਡ ਰੈਪ। ਐਂਡ ਦੈਨ ਆਪਾਂ ਅੱਗੇ ਚੱਲਦੇ ਹਾਂ, ਅੱਗੇ ਤੁਸੀਂ ਦੇਖੋਗੇ ਲੈਫਟ ਲੈਫਟ ਸਾਈਡ 'ਤੇ ਦਿਖਾ ਕੇ ਆਪਣਾ, ਇੱਥੇ ਵੀ ਬੈਂਚ ਲੱਗੇ ਹੋਏ ਆ, ਟੇਬਲ ਲੱਗੇ ਹੋਏ ਆ, ਤੁਸੀਂ ਬੈਠ ਕੇ ਆਪਣਾ ਖਾ ਪੀ ਸਕਦੇ ਹੋ, ਪੜ੍ਹ ਸਕਦੇ ਹੋ। ਮਸ਼ੀਨਾਂ ਲੱਗੀਆਂ ਹੋਈਆਂ ਨਾ ਉਰੇ,
ਪੈਸੇ ਪਾਓ, ਚੀਜ਼ ਕੱਢੋ, ਖਾਓ ਪੀਓ, ਪੈਸੇ ਨਹੀਂ ਵੀ ਪਾਣੇ, ਕਾਰਡ ਟੈਪ ਕਰੋ ਤੇ ਪੈਸੇ ਕੱਢ ਜਾਣੇ ਆ। ਪਰ ਜਿਹੜੀ ਗੱਲ ਹੈ ਮਹਿੰਗਾ ਵਾ, ਨਾ ਹੀ ਟਰਾਈ ਕਰੋ। ਔਰ ਉਹ ਕਲਾਸਰੂਮ ਸ਼ੁਰੂ ਹੋ ਗਏ, ਆਹ ਟੈਨ ਵਿੰਗ ਹੈ ਬਸ, ਅੰਦਰ ਸਾਰੀਆਂ ਕਲਾਸਾਂ ਹੀ ਕਲਾਸਾਂ ਨੇ, ਐਵੇਂ ਅੱਗੇ ਸਾਰੀਆਂ ਤਰ੍ਹਾਂ ਦੀ ਵਿੰਗ ਬਣੀਆਂ ਹੋਈਆਂ ਨੇ। ਹਾਂ, ਆਫਿਸ ਹੈ ਇੱਕ ਛੋਟਾ ਜਿਹਾ, ਅਤੇ ਆਪਾਂ ਐਂਟਰ ਕਰਕੇ ਗ੍ਰੇ ਵਿੰਗ 'ਚ ਬਸ ਐਵੇਂ ਸਾਰੀਆਂ ਕਿੱਦਾਂ ਕਲਾਸਾਂ ਹੀ ਚੱਲੀ ਜਾਣੇ ਨੇ। ਤੁਹਾਨੂੰ ਇੱਕ ਕਲਾਸਰੂਮ ਵੀ ਦਿਖਾ ਦਾਂਗੇ ਵੀ ਕਲਾਸਰੂਮ ਅੰਦਰੋਂ ਕਹਿ ਰਹੇ ਹੁੰਦੇ ਨੇ। ਆਪਾਂ ਮੇਨਲੀ ਤੁਹਾਨੂੰ ਹੁਣ ਅੱਗੇ ਦਿਖਾਉਣਾ ਹੈ ਜਿਹੜਾ ਇੱਥੇ ਦਾ ਹੈਲਥ ਰੂਮ ਕਹਿ ਲਓ, ਜਿੱਥੇ ਮਤਲਬ ਇਹ ਮੈਡੀਕੇਸ਼ਨਾਂ ਦਿੰਦੇ ਆ ਜਾਂ ਫਿਰ ਤੁਹਾਨੂੰ ਹੋਰ ਵੀ ਦੱਸਦੇ ਆ ਵੀ ਕੀ ਹੈਲਥ ਵਾਲੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ, ਹੈਲਥ ਸਰਵਿਸਿਸ ਕਹਾਂਗੇ ਉਹਨੂੰ ਆਪਾਂ ਪ੍ਰੋਪਰਲੀ। ਅਤੇ ਉਹ ਕਾਲਜ ਦੇ ਬਿਲਕੁਲ ਐਂਡ ਜੇ 'ਤੇ ਆ, ਅਤੇ ਉਹ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ, ਅਤੇ ਆਇਓ ਚੱਲੀਏ ਫਿਰ। ਚਲੋ ਜੀ, ਕੋਈ ਵੀ ਮੈਡੀਕਲ ਦਿੱਕਤ ਹੁੰਦੀ ਹੈ, ਕੁਛ ਵੀ ਹੁੰਦੀ ਹੈ, ਸਭ ਤੋਂ ਪਹਿਲਾਂ ਤੁਸੀਂ ਕਾਲਜ ਦੇ ਇੱਥੇ ਆਉਣਾ, ਅਤੇ ਇਹਨਾਂ ਨੂੰ ਦੱਸਣਾ ਕੋਈ ਬੁਖਾਰ ਵੀ ਹੁੰਦਾ, ਸਿਰ ਦਰਦ ਹੁੰਦਾ, ਕੁਛ ਵੀ ਹੁੰਦਾ, ਤੁਸੀਂ ਇੱਥੇ ਆ ਕੇ ਇਹਨਾਂ ਨੂੰ ਦੱਸਣਾ। ਇੱਥੇ ਤੁਹਾਨੂੰ ਦਵਾਈ ਦੇਣਗੇ, ਪ੍ਰੋਪਰ ਦੱਸਣਗੇ ਵੀ ਤੁਹਾਨੂੰ ਅੱਗੇ ਕੀ ਪ੍ਰੋਸੈਸ ਕਰਨਾ। ਹੋਰ ਵੀ ਤੁਹਾਨੂੰ ਜੇ ਕੋਈ ਕਲਾਸ, ਕਈ ਕਲਾਸ ਦੀਆਂ ਰਿਕੁਆਇਰਮੈਂਟਾਂ ਹੁੰਦੀਆਂ ਨੇ ਕਿ ਜਿਵੇਂ ਟੈਸਟ ਹੁੰਦੇ ਆ, ਹੈ ਨਾ, ਟੀਕੇ ਟੂਕੇ ਜੇ ਲਵਾਉਣੇ ਹੁੰਦੇ ਆ, ਹੁਣ ਕੀ ਕਹਿੰਦੇ ਆਪਾਂ ਵੈਕਸੀਨੇਸ਼ਨ ਕਹਿੰਦੇ ਹਾਂ, ਵੈਕਸੀਨੇਸ਼ਨ ਵਾਲੇ ਫਾਰਮ ਮਿਲਦੇ ਆ, ਉਹ ਵੀ ਤੁਸੀਂ ਲੈ ਕੇ ਇੱਥੇ ਆਉਣੇ ਆ, ਅਤੇ ਉਹ ਇਹ ਤੁਹਾਨੂੰ ਦੱਸਣਗੇ ਵੀ ਤੁਸੀਂ ਕਿਵੇਂ ਕਰ ਸਕਦੇ ਹੋ, ਤੁਹਾਡੀ ਵੈਕਸੀਨੇਸ਼ਨ ਵੀ ਇੱਥੇ ਹੋ ਜਾਂਦੀ ਹੈ। ਮਤਲਬ ਜਿਹੜੀ ਆਪਾਂ ਨੂੰ ਗਾਰਡਮੀ ਦਾ ਇੱਕ ਫਾਰਮ ਮਿਲਦਾ ਹੁੰਦਾ, ਉਹ ਚੀਜ਼ਾਂ ਵੀ ਇਸ 'ਚ ਕਵਰ ਅਪ ਹੁੰਦੀਆਂ ਨੇ। ਆਪਣੇ ਕੋਲ ਗਾਰਡਮੀ ਦਾ ਇੱਕ ਕਾਰਡ ਮਿਲੂਗਾ, ਇੰਸ਼ੋਰੈਂਸ ਹੁੰਦੀ ਆ ਆਪਣੀ, ਸਟੂਡੈਂਟ ਇੰਸ਼ੋਰੈਂਸ, ਜਿਹੜੀ ਉਹ ਇੰਸ਼ੋਰੈਂਸ ਵਾਲੀ ਆ, ਜਦੋਂ ਤੁਸੀਂ ਕਾਲਜ ਆਓਗੇ ਉਦੋਂ ਇੰਸ਼ੋਰੈਂਸ ਵਾਲਿਆਂ ਨੇ ਤੁਹਾਨੂੰ ਮੇਲ ਮੂਲ ਕਰਨੀ ਹੈ, ਤੁਹਾਡੇ ਉਰੇ ਸੈਸ਼ਨ ਵੀ ਲੱਗਣਾ ਗਾਰਡਮੀ ਵਾਲਾ, ਉਹ ਤੁਹਾਨੂੰ ਦੱਸਣਗੇ ਸਾਰੀ ਚੀਜ਼, ਅਤੇ ਤੁਹਾਨੂੰ ਬਾਅਦ ਵਿੱਚ ਈਮੇਲ ਆਊਗੀ, ਉਹਦੇ ਵਿੱਚ ਤੁਹਾਡਾ ਗਾਰਡਮੀ ਦਾ ਕਾਰਡ ਹੋਊਗਾ, ਇੰਸ਼ੋਰੈਂਸ ਕਾਰਡ ਹੁੰਦਾ, ਉਹ ਕਾਰਡ ਨਾਲ ਤੁਹਾਡਾ ਹਰੇਕ ਹੋਸਪਿਟਲ 'ਚ ਇੱਥੇ ਚੱਲ ਪੈਂਦਾ, ਜੇ ਜਿੱਥੇ ਤੁਹਾਡੇ ਸਾਰੇ ਐਕਸਪੈਂਸ ਕਵਰ ਹੋ ਜਾਂਦੇ ਆ। ਹੁਣ ਨਹੀਂ ਤੁਹਾਨੂੰ ਅਸੀਂ ਅੰਦਰੋਂ ਵੀ ਦਿਖਾ ਦਿੰਦੇ, ਪਰ ਇਸ ਟਾਈਮ ਸੈ ਸੈਟਰਡੇ ਕਰਕੇ ਇਹ ਵੀ ਬੰਦ ਹੋ ਸਕਦਾ, ਬਾਕੀ ਆਪਾਂ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ। ਨਹੀਂ, ਚਲੋ ਨੈਕਸਟ ਟਾਈਮ ਸਹੀ, ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਅੰਦਰੋਂ ਕੀ ਹੈ। ਲੋ ਜੀ, ਹੈਲਥ ਰੂਮ ਆਪਾਂ ਤੁਹਾਨੂੰ ਦਿਖਾ ਦਿੱਤਾ ਹੈ, ਹੁਣ ਤੁਹਾਨੂੰ ਅੱਗੇ ਦਿਖਾਉਂਦੇ ਜਿਹੜੀਆਂ ਥੋੜ੍ਹੀਆਂ ਮੋਟੀਆਂ ਕਲਾਸਾਂ ਰਹਿ ਗਈਆਂ, ਇਹ ਪਤਾ ਨਹੀਂ ਕੀ ਪਲੇਟਾਂ ਜਿਹੀਆਂ ਨਾਲ ਖੇਡਣ ਲੱਗ ਰਹੇ ਆ। ਆਜੋ ਦੇਖੀਓ, ਇਹ ਅੱਗੇ ਚੱਲੀਏ, ਆਜੋ ਵੀਰੇ ਅੱਗੇ ਚੱਲੀਏ। ਆਹ ਦੇਖੋ, ਇਹ ਨੇ ਖਿਡੌਣਾ ਜਿਹਾ ਮਿਲਿਆ, ਇਹ ਸਟ੍ਰੈਸ ਬਸਟਰ ਕਹਿ ਲਓ, ਇਹ ਇਹ ਹੱਥਾਂ ਦੇ ਵਿੱਚ ਦੱਬੀ ਜਾਂਦੀ ਚੀਜ਼ ਆ ਬਾਈ। ਆਹ ਬਾਈਂਡਰ ਹੈ ਕਿਸੇ ਦਾ, ਚੱਕ ਲਿਆ ਇਹਨਾਂ ਨੇ, ਇਹਦਾ ਨਹੀਂ ਹੈਗਾ ਬਾਈ, ਰੱਖੀ ਇਹਨੇ ਬੰਡਰ ਨੂੰ। ਹਾਂਜੀ ਹਾਂ, ਇਹ ਵੀ ਦੇਖ ਸਕਦੇ ਹੋ ਤੁਸੀਂ, ਇੱਥੇ ਕਈ ਲੋਕ ਬੜੇ ਚੰਗੇ ਹੁੰਦੇ ਆ। ਇਹਦੇ ਲਿਖਿਆ ਹੋਇਆ ਫ੍ਰੀ, ਪਲੀਜ਼ ਹੈਲਪ ਯੋਰ ਸੈਲਫ, ਜੇ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਤੁਸੀਂ ਇੱਥੋਂ ਲੈ ਸਕਦੇ ਹੋ, ਅਤੇ ਜੇ ਹੋ ਸਕੇ ਤੁਸੀਂ ਵੀ ਕੋਈ ਚੀਜ਼ਾਂ ਰੱਖ ਸਕਦੇ ਹੋ, ਜੇ ਤੁਹਾਡੇ ਕੋਲ ਐਕਸਟਰਾ ਆ, ਜਿਵੇਂ ਕਲਰ ਆ ਜਾਂ ਬਾਈਂਡਰ ਆ, ਆਪਾਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ ਸਟੂਡੈਂਟਸ। ਆਜੋ ਜੀ, ਲੋ ਜੀ, ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ, ਅੱਗੇ ਵਾਲੀਆਂ ਕਲਾਸਾਂ ਜਿਹੜੀਆਂ ਬੱਚਿਆਂ ਨੇ ਦਿਖਾ ਦਿੰਦੇ ਹਾਂ, ਥੋੜ੍ਹੀਆਂ ਕਲਾਸਾਂ ਰਹਿੰਦੀਆਂ ਨੇ, ਆਜੋ ਫਿਰ ਚੱਲੀਏ। ਮੇਰੀ ਵੀ ਇੱਥੇ ਕੋਈ ਕੰਪਿਊਟਰ ਕੋਰਸ ਦੀ ਕਲਾਸ ਲੱਗੀ ਸੀ, ਐਂਡ ਹੇਅਰ ਕਟਿੰਗ ਵਾਲੀ ਕਲਾਸ ਵੀ ਇੱਧਰ ਹੀ ਲੱਗਦੀ ਆ। ਇਹ ਬਸ ਲਾਸਟ ਵਿੰਗ ਹੈ ਜੀ, ਇੱਥੇ ਅੱਗੇ ਕਲਾਸਾਂ ਹੀ ਕਲਾਸਾਂ ਨੇ, ਅਤੇ ਇੱਧਰ ਤੁਹਾਨੂੰ ਲੈ ਕੇ ਚੱਲੀਏ, ਆਪਾਂ ਫੋਲੋ ਕਰਦੇ ਹਾਂ ਵੀਰੇ ਉਹਨੂੰ। ਆਹ ਤੁਸੀਂ ਦੇਖ ਸਕਦੇ ਹੋ ਨਾਈਟ ਵਿਊ ਕਾਲਜ ਦਾ, ਆਹ ਨਾਈਟ ਵਿਊ ਆ ਦੇਖ ਲਓ, ਫੋਟੋ 'ਚ ਦੇਖ ਲਓ, ਇਹ ਤਾਂ ਤੁਹਾਨੂੰ ਰਾਤ ਨੂੰ ਵੀ ਵਲੌਗ ਬਣਾ ਕੇ ਦਿਖਾ ਦਾਂਗੇ ਕਿਸ ਦਿਨ।
ਐਂਡ ਆਹ ਮੈਪ ਲੱਗਿਆ ਹੋਇਆ ਜੇ ਤੁਸੀਂ ਕਦੇ ਗਵਾਚ ਜਾਂਦੇ ਹੋ ਕੁਛ ਵੀ ਗੱਲ ਆ ਉਰੇ ਮੈਪ ਲੱਗੇ ਹੋਏ ਆ ਕਾਫੀ ਜਗ੍ਹਾ ਤੇ ਕਾਲਜ ਚ ਹਰ ਜਗ੍ਹਾ ਤੇ ਤੁਹਾਨੂੰ ਮੈਪ ਦੇਖਣ ਨੂੰ ਮਿਲੂਗਾ ਹਰ ਜਗ੍ਹਾ ਤੇ ਮੈਪ ਨੇ ਐਵੇਂ ਦੇ ਛੋਟੇ ਛੋਟੇ ਤੁਹਾਨੂੰ ਪਤਾ ਲੱਗ ਜੂ ਤੁਸੀਂ ਕਿਹੜੀ ਜਗ੍ਹਾ ਤੇ ਹੋ ਤੇ ਕਿੱਥੇ ਜਾਣਾ ਹਾਂਜੀ ਬਰੇ ਮੈਨੂੰ ਲੱਗਦਾ ਇਹ ਕਾਲਜ ਦਾ ਐਂਡ ਹੀ ਆ ਗਿਆ ਹਨਾ ਬਸ ਇਸ ਤੋਂ ਬਾਅਦ ਕਲਾਸਾਂ ਨਹੀਂ ਗਿਆ ਉੱਥੇ ਐਂਡ ਹੋ ਜੂਗਾ ਕਾਲਜ ਦਾ ਹਾਂਜੀ ਇੱਧਰ ਵੀ ਬਾਹਰ ਜਾਂਦੇ ਪਿੱਛੇ ਰਸਤਾ ਤੇ ਤੁਸੀਂ ਕਦੀ ਦੂਰ ਨਹੀਂ ਆਣਾ ਹੈਗਾ ਡੇਂਜਰ ਲਿਖਿਆ ਹੋਇਆ ਹਾਂਜੀ ਹਾਂ ਆਹ ਜ਼ਰੂਰੀ ਗੱਲ ਆ ਆ ਦੇਖ ਲਈ ਆਵਰੇ ਹੇਅਰ ਸਲੂਨ ਵਾਲੀ ਕਲਾਸਾਂ ਹੀ ਆ ਆ ਲੋਕਰਸ ਆ ਗਏ ਜੇ ਕਿਸੇ ਬੱਚੇ ਨੇ ਕੋਈ ਲੋਕਰ ਆਪਣਾ ਸਮਾਨ ਪੂਰੇ ਕਾਲਜ ਰੱਖਣਾ ਤਾਂ ਉਹ ਸਰਵਿਸ ਡੈਸਕ ਤੋਂ ਆਪਣਾ ਲੋਕਰ ਬਾਈ ਕਰ ਸਕਦਾ ਤੇ ਆਪਣਾ ਸਮਾਨ ਰੱਖ ਸਕਦਾ ਉਹਦੇ ਲੋਕਰ ਹਾਂਜੀ ਇਹ ਬਹੁਤ ਇਨਫੋਰਮੇਟਿਵ ਗੱਲ ਕਹੀ ਹੈ ਵੀਰੇ ਨੇ ਕਿਉਂਕਿ ਕਈ ਵਾਰ ਆਪਾਂ ਜਿਵੇਂ ਕੰਮ ਤੋਂ ਆਨੇ ਆ ਤਾਂ ਸਮਾਨ ਸਮੂਨ ਆਪਣੇ ਕੋਲ ਪਿਆ ਹੁੰਦਾ ਜ਼ਿਆਦਾ ਜ਼ਿਆਦਾ ਭਾਰ ਚੱਕਣ ਦੀ ਲੋੜ ਨਹੀਂ ਲੋਕਰ ਯੂਜ਼ ਕਰੋ ਤੇ ਸਮਾਨ ਰੱਖੋ ਹਾਂ ਤੁਸੀਂ ਦੇਖ ਸਕਦੇ ਹੋ ਅੱਗੇ ਕਿਤੇ ਲੋਕਰ ਨੇ ਇੱਧਰ ਵੀ ਲੋਕਰ ਨੇ ਹਾਂਜੀ ਹਾਂ ਲੋਕਰ ਹੀ ਲੋਕਰ ਨੇ ਇੱਥੇ ਇੱਥੇ ਪਾਣੀ ਆਉਂਦਾ ਆ ਉਹਦੇ ਬਟਨ ਆ ਦੇਖੋ ਆ ਲਿਖਿਆ ਹੋਇਆ ਵੀਰੇ ਦਿਖਾਇਓ ਇੱਥੇ ਕਈ ਵਾਰ ਪਤਾ ਨਹੀਂ ਲੱਗਦਾ ਬੱਚਿਆਂ ਨੂੰ ਬਟਨ ਆ ਐਲ ਕੇ ਲਿਖਿਆ ਹੋਇਆ ਇਹਨੂੰ ਦੱਬੋਗੇ ਤਾਂ ਪਾਣੀ ਦੀ ਧਾਰ ਆਉਂਦੀ ਹੈ ਚਾਹੇ ਤੁਸੀਂ ਕੋਈ ਗਲਾਸ ਹੈ ਉਹਦੇ 'ਚ ਭਰ ਕੇ ਪੀ ਲਓ ਚਾਹੇ ਓਕ ਲਾ ਕੇ ਪੀ ਲਓ ਜੇ ਆਪਾਂ ਕੋਈ ਚੀਜ਼ ਭਰਨੀ ਹੈ ਸਿਰਫ ਆਪਾਂ ਉਹ ਬਟਨ ਦੱਬਣਾ ਹੁਣੇ ਸ਼ਾਇਦ ਚੱਲ ਨਹੀਂ ਆ ਚੱਲ ਪਿਆ ਚੱਲ ਪਿਆ ਚਲੋ ਕੁਛ ਤਾਂ ਚੱਲਦਾ ਕਾਲਜ ਤੁਹਾਨੂੰ ਹਰੇਕ ਜਗ੍ਹਾ ਇਹ ਚੀਜ਼ ਦੇਖਣ ਨੂੰ ਮਿਲੂਗੀ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਕਾਲਜ ਦੇ ਬਾਹਰ ਵਾਲੇ ਪਾਸੇ ਲਓ ਜੀ ਆਪਾਂ ਸਾਰਾ ਕਾਲਜ ਕਵਰ ਕਰ ਚੁੱਕੇ ਹਾਂ ਅਤੇ ਹੁਣ ਆਪਾਂ ਤੁਹਾਨੂੰ ਅੱਗੇ ਫਰੰਟ 'ਤੇ ਲੈ ਕੇ ਚੱਲਦੇ ਹਾਂ ਕੁਛ ਰਹਿ ਤਾਂ ਨਹੀਂ ਗਿਆ ਵੀਰੇ ਉਹ ਯਾਰ ਸਭ ਨੂੰ ਮੇਨ ਚੀਜ਼ ਤਾਂ ਰਹਿ ਗਈ ਕੀ ਪਲੇ ਰੂਮ ਗੇਮ ਰੂਮ ਤਾਂ ਰਹਿ ਗਏ ਹਾਂਜੀ ਹਾਂ ਆਪਾਂ ਫਰੰਟ 'ਤੇ ਜਾਂਦੇ ਹਾਂ ਅਤੇ ਗੇਮ ਰੂਮ ਵੀ ਚੱਲਦੇ ਹਾਂ ਅਤੇ ਉੱਥੇ ਪੂਲ ਵੀ ਆ ਉੱਥੇ ਯਾਰ ਐਕਸਬਾਕਸ ਸਾਰਾ ਕੁਝ ਟੀਚਰ ਨੇ ਕਲਾਸ 'ਚੋਂ ਕੱਟਤਾ ਤੁਸੀਂ ਉੱਥੇ ਜਾ ਕੇ ਗੇਮ ਖੇਡ ਸਕਦੇ ਹੋ ਹਾਂਜੀ ਹਾਂ ਜੇ ਕਲਾਸਾਂ ਕਲੂਸਾਂ 'ਚੋਂ ਕੱਢ ਦਿੰਦੇ ਆ ਵੈਸੇ ਤਾਂ ਪੜੋ ਦਿਲ ਲਾ ਕੇ ਜੇ ਕੱਢ ਵੀ ਦਿੰਦੇ ਆ ਤਾਂ ਆਪਣਾ ਉੱਥੇ ਗੇਮਾਂ ਖੇਡ ਸਕਦੇ ਹੋ ਤੁਸੀਂ ਚਲੋ ਚੱਲੀਏ ਚਲੋ ਚੱਲਦੇ ਹਾਂ ਸਾਡੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ